ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਪੰਗੂ ਵਲੌਗ ਦੇ ਵਿੱਚ ਤੇ ਇਹ ਵਲੌਗ ਤਾਂ ਨਹੀਂ ਹੈਗਾ ਉਦਾਂ ਵੀਡੀਓ ਪਾਉਣ ਲੱਗਿਆ ਵਾਂ 1 ਜਾਂ 2 ਮਿੰਟ ਦੀ ਵੀਡੀਓ ਹੋਊਗੀ ਸਾਰੀ ਉਹ ਇਹ ਚ ਦੱਸਣਾ ਵੀ ਵਲੌਗ ਕਿਉਂ ਨਹੀਂ ਆ ਰਿਹਾ ਵਲੌਗ ਭਾਈ ਇਹ ਇਸ ਕਰਕੇ ਨਹੀਂ ਆ ਰਿਹਾ ਕਿਉਂਕਿ ਆਪਣਾ ਹੋਇਆ ਸੀਗਾ ਆਪਰੇਸ਼ਨ ਤੇ ਬੈਕ ਸਾਈਡ ਤੇ ਤੇ ਉਹ ਦਿਖਾ ਤਾਂ ਸਕਦਾ ਨਹੀਂ ਇਹਦੇ ਚਾ ਨਾ ਤੇ ਆਪਣਾ ਨਾ ਚ ਉਹ ਬੈਠਣੇ ਕਰਕੇ ਨਾ ਜਿਹੜਾ ਆਪਣਾ ਆਪਣੇ ਸਰੀਰ ਦੇ ਵਾਲ ਹੁੰਨੇ ਆ ਜਿਵੇਂ ਛੋਟੇ ਛੋਟੇ ਤੇ ਉਹ ਟੁੱਟ ਕੇ ਅੰਦਰ ਨੂੰ ਹੋ ਗਏ ਅੰਦਰ ਨੂੰ ਹੋਣੇ ਕਰਕੇ ਅੰਦਰ ਗੱਠ ਬਣ ਗਈ ਮਾਸ ਦੀ ਤੇ ਵਾਲਾਂ ਦੀ ਤੇ ਉਹ ੜਕਦੀ ਸੀਗੀ ਜਦ ਆਪਾਂ ਹੁਣ ਬੈਠਦੇ ਸੀਗੇ ਹਨਾ ਤੇ ਹੈ ਤਾਂ ਉਹ ਕਈ ਸਾਲ ਦੀ ਸੀ ਕਿ ਹਨਾ ਸਾਲ ਡੇਢ ਸਾਲ ਹੋ ਗਿਆ ਸੀਗਾ ਉਹ ਮਤਲਬ ਇੰਨੀ ਉਹ ਨਹੀਂ ਕਰਦੀ ਸੀ ਦਿੱਕਤ ਨਹੀਂ ਦਿੰਦੀ ਦੀ ਤੇ ਹੁਣ ਲੱਗ ਗਈ ਸੀਗੀ ਉਹ ਦਿੱਕਤ ਦੇਣ ਬੈਠਣੇ ਜੇ ਜੇ ਮੰਨ ਲਓ ਸਾਰੀ ਰਾਤ ਗੱਡੀ ਚਲਾ ਲੰਦਾ ਤਾਂ ਨਾ ਤੇ ਮਤਲਬ ਉੱਠਿਆ ਨਹੀਂ ਜਾਂਦਾ ਦਾ 1 ਘੰਟਾ ਹਨਾ ਜਿਵੇਂ ਬੰਦਾ ਉੱਠ ਕੇ ਖੜਾ ਹੋ ਜਾਂਦਾ ਹੌਲੀ-ਹੌਲੀ ਉੱਠਿਆ ਜਾਂਦਾ ਸੀਗਾ ਦਰਦ ਹੁੰਦਾ ਸੀਗਾ ਤੇ ਉਹਦਾ ਕਰਾਇਆ ਆਪਰੇਸ਼ਨ ਹਨਾ ਉਹ ਆਪਰੇਸ਼ਨ ਕਰਾ ਕੇ ਕਢਾਈ ਆ ਉਹ ਸੀਗੀ ਇਹ ਇੱਥੇ ਤੱਕ ਆ ਮਿਡਲ ਫਿੰਗਰ ਤੋਂ ਲੈ ਕੇ ਇੱਥੇ ਤੱਕ ਲੰਬੀ ਸੀਗੀ ਤੇ ਉਹਨੇ ਡਾਕਟਰ ਨੇ ਲਾ ਕੇ ਅੱਧਾ ਘੰਟਾ ਲੱਗਿਆ ਹੋਣਾ ਆਪਰੇਸ਼ਨ ਨੂੰ ਤੇ ਉਹ ਕੱਢੀ ਸਾਰੀ ਹਨਾ ਮੈ ਗਿਆ ਸੀਗਾ ਕਿੰਨੇ ਤਰੀਕ ਨੂੰ ਹੋਇਆ ਸੀਗਾ ਆਪਰੇਸ਼ਨ ਮੇਰਾ ਮੇਰੇ ਖਿਆਲ 24 ਤਰੀਕ ਨੂੰ ਹੋਇਆ ਸੀਗਾ ਨਹੀਂ ਯਾਰ 24 ਨੂੰ 24 ਨੂੰ ਪਤਾ ਨਹੀਂ 23 ਤਰੀਕ ਨੂੰ ਆਪਰੇਸ਼ਨ ਹੋਇਆ ਸੀਗਾ ਤੇ ਹੁਣ ਮਤਲਬ ਮੈਂ ਬੈਠ ਨਹੀਂ ਸਕਦਾ ਜਿਆਦਾ ਦੇਰ ਇੱਕ ਉਹਦੇ ਉੱਪਰ ਮਦਰ ਇੱਕ ਪਾਸੇ ਉੱਪਰ ਨਹੀਂ ਬੈਠ ਸਕਦਾ ਐ ਸਿੱਧਾ ਨਹੀਂ ਬੈਠ ਸਕਦਾ ਜਾਂ ਮੈਂ ਪੈ ਸਕਦਾ ਜਾਂ ਚੱਲ ਸਕਦਾ ਹਨਾ ਤੇ ਹੱਲੇ ਮਤਲਬ ਟਾਂਕੇ ਥੋੜੇ ਦਿਨ 5 ਦਿਨ ਹੋਏ ਜਾਂ ਟਾਂਕੇ ਖਲਵਾਏ ਨੂੰ ਟਾਂਕੇ ਉਦਾਂ ਖੁੱਲ ਗਏ ਠੀਕ ਠਾਕ ਆ ਹਨਾ 2-3 ਟਾਂਕੇ ਆ ਜਿਹੜੇ ਉਹ ਹਲੇ ਮਤਲਬ ਕੱਚੇ ਆ ਜਿਹੜੇ ਉੱਪਰ ਜਿੱਥੇ ਤਾਂ ਹਵਾ ਲੱਗਦੀ ਰਹਿੰਦੀ ਆ ਉਹਦਾ ਗਏ ਸੌਕਾ ਹਨਾ ਟਾਂਕੇ ਤੇ ਜਿੱਥੇ ਹਵਾ ਨਹੀਂ ਲੱਗਦੀ ਉਹ ਹਲੇ ਮਤਲਬ ਯਾਰ ਤੁਹਾਨੂੰ ਪਤਾ ਹੀ ਆ ਹਨਾ ਉਥੇ ਹਵਾ ਨਹੀਂ ਲੱਗਦੀ ਤੇ ਉਸ ਕਰਕੇ ਹਲੇ ਉਹਨਾਂ ਨੂੰ ਟਾਈਮ ਲੱਗਦਾ ਸੁੱਕਣੇ ਚ ਤੇ ਹੁਣ ਮਤਲਬ ਪੱਟੀ ਰੋਜ਼ ਹੁੰਦੀ ਆ ਹਨਾ ਔਰ ਡਾਕਟਰ ਹੈਗਾ ਪਹਿਲਾਂ ਤਾਂ ਉਹਦੇ ਕੋਲੇ ਚੈੱਕ ਕਰਾਣ ਜਾਂਦਾ ਸੀਗਾ ਤੀਜੇ ਦਿਨ ਤੇ ਫੇਰ ਡਾਕਟਰ ਨੇ ਕਹਦਾ ਵੀ ਆਉਣਾ ਤੁਸੀਂ ਘਰੇ ਪੱਟੀ ਕਰੋ ਤੇ ਹੁਣ ਮੈਂ ਰੋਜ਼ ਪੱਟੀ ਕਰਵਾਉਣਾ ਸਵੇਰੇ 10:00 ਵਜੇ ਬੁਲਾ ਲੈਂਦਾ ਹਾਂ ਉਹਨੂੰ ਬਾਈ ਨੂੰ ਲਾ ਕੇ ਉਹ ਕੈਮਿਸਟਰ ਆ ਤੇ ਉਹ ਪੱਟੀ ਕਰਕੇ ਚਲੇ ਜਾਂਦਾ ਡੇਲੀ ਪੱਟੀ ਹੋ ਰਹੀ ਆ ਬਾਈ ਇਸ ਕਰਕੇ ਵਲੌਗ ਨਹੀਂ ਆ ਰਿਹਾ ਸੀਗਾ ਆਪਣਾ ਤੇ ਸਾਨੂੰ ਸਾਰਿਆਂ ਨੂੰ ਬੇਨਤੀ ਆ ਤੇ ਆਊਗਾ ਤੇ ਡਾਕਟਰ ਨੇ ਹਲੇ ਵੀ ਡੇਢ ਮਹੀਨਾ ਕਿਹਾ ਉਹਨੇ ਵੀ ਡੇਢ ਮਹੀਨਾ ਗੱਡੀ ਤੇ ਨਹੀਂ ਜਾਣਾ ਹੈਗਾ ਤੇ ਨਾ ਹੀ ਹਲੇ ਬੈਠਣਾ ਬਹੁਤੀ ਦੇਰ ਹਨਾ ਹੋਇਆ ਰੋਟੀ ਜੇ ਮੈਂ ਰੋਟੀ ਖਾਣੀ ਆ ਹਨਾ ਤੇ ਰੋਟੀ ਖਾਣ ਲੱਗੇ ਬਹਿ ਗਏ ਜਾਂ ਕੋਈ ਹੋਰ ਕੋਈ ਬਹੁਤ ਹੀ ਜ਼ਰੂਰੀ ਕੰਮ ਆ ਤਾਂ ਬਹਿ ਗਏ ਨਹੀਂ ਪਾਓ ਜਾਂ ਚਲੋ ਫਿਰੋ ਬੈਣ ਵੀ ਹੋਣੇ ਲੱਗਿਆ ਮੈਂ ਅਨ 6 ਦਿਨ ਤੋਂ ਨਹੀਂ ਜਦੋਂ ਪਹਿਲਾਂ ਆਪਰੇਸ਼ਨ ਕਰਾ ਕੇ ਆਇਆ ਉਸ ਤੋਂ ਪੈ ਕੇ ਹੀ ਰੋਟੀ ਖਾਂਦਾ ਸੀਗਾ ਤੇ ਸਾਰਾ ਕੁਝ ਪੈ ਕੇ ਹੀ ਪਾਣੀ ਵੀ ਪੈ ਕੇ ਹੀ ਪੀਂਦਾ ਸੀਗਾ ਤੇ ਟਾਇਲਟ ਜਾਣ 'ਚ ਬੜੀ ਪ੍ਰੇਸ਼ਾਨੀ ਹੁੰਦੀ ਸੀਗੀ ਤੇ ਹੁਣ ਠੀਕ ਆ ਹਨਾ ਸਾਰਾ ਕੁਝ ਓਕੇ ਆ ਬਾਈ ਪਰਮਾਤਮਾ ਦੀ ਕਿਰਪਾ ਨਾਲ ਤੇ ਆਹੀ ਦੱਸਣਾ ਸੀਗਾ ਬਾਈ ਤੇ ਮੈਂ ਕਿੰਨੇ ਦਿਨਾਂ ਦਾ ਸੋਚ ਰਿਹਾ ਸੀਗਾ ਮੈਂ ਕਿਹਾ ਚੱਲ ਯਾਰ ਵੀਡੀਓ ਪਾ ਦਿੰਨਾ ਪਾ ਦਿੰਨਾ ਤੇ ਮੇਰਾ ਯਾਰ ਦਿਲ ਜਾ ਵੀ ਨਹੀਂ ਹਨਾ ਕਰ ਰਿਹਾ ਸੀਗਾ ਜਦ ਬੰਦਾ ਠੀਕ ਹੁੰਦਾ ਹਨਾ ਸਾਰਾ ਕੁਝ ਕਰਦਾ ਤੇ ਇਸ ਕਰਕੇ ਬਾਈ ਵੇਟ ਕਰੋ ਆਉਗੀ ਵੀਡੀਓ ਤੇ ਸਰਪ੍ਰਾਈਜ਼ ਵੀ ਆਊਗਾ ਇੱਕ ਉਹ ਹਲੇ ਦੱਸਾਂਗੇ ਤੁਹਾਨੂੰ ਕਾਦਾ ਆਊਗਾ ਪਰ ਆਊਗਾ ਜ਼ਰੂਰ ਤੇ ਐਨੀ ਕੁ ਵੀਡੀਓ ਕਬੂਲ ਕਰਿਓ ਸਤਿ ਸ਼੍ਰੀ ਅਕਾਲ ਰੱਬ ਰੱਖਾ ਜਿਉਂਦੇ ਵਾਦੇ ਰੋ